ਹੈਲੋ ਜੀ, ਅੱਜ ਆਪਾਂ ਬਣਾ ਰਹੇ ਹਾਂ ਜੀ ਪਾਲਕ ਮੇਥੀ ਵਾਲੇ ਪਕੌੜੇ ਆਲੂ ਦੇ। ਬੱਚਿਆਂ ਨੂੰ ਲੱਗੀ ਹੈ ਜੀ ਸਾਡਿਆਂ ਨੂੰ ਭੁੱਖ। ਬੱਚੇ ਕਹਿੰਦੇ ਅਸੀਂ ਇਕੱਲੀ ਚਾਹ ਪੀਣੀ ਨਹੀਂ, ਠੰਡ ਵੀ ਬਹੁਤ ਹੈ। ਅਤੇ ਬੱਚਿਆਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹੋਏ ਆਪਾਂ ਬਣਾ ਰਹੇ ਹਾਂ ਜੀ ਅੱਜ ਆਲੂ ਦੇ ਪਕੌੜੇ, ਪਾਲਕ ਅਤੇ ਮੇਥੀ ਵਾਲੇ। ਉਹਦੇ ਵਾਸਤੇ ਆਪਾਂ ਲਿੱਤੇ ਜੀ 2-3 ਆਲੂ। ਆਲੂਆਂ ਨੂੰ ਆਪਾਂ ਬਰੀਕ ਬਰੀਕ ਕੱਟ ਕੇ ਧੋ ਲਿਆ। ਅਤੇ ਇਹ ਹੈਗਾ ਜੀ ਆਪਣਾ ਪਾਲਕ, ਅਤੇ ਇਹਦੇ 'ਚ ਥੋੜ੍ਹੀ ਜਿਹੀ ਪਾਈ ਆਪਾਂ ਮੇਥੀ, ਇਹ ਵੀ ਵਿੱਚ ਪਾ ਦਾਂਗੇ। ਥੋੜ੍ਹਾ ਜਿਹਾ ਪਾਵਾਂਗੇ ਜੀ ਆਪਾਂ ਹਰਾ ਧਨੀਆ, ਇੱਕ ਪਾਵਾਂਗੇ ਜੀ ਆਪਾਂ ਇਹਦੀ ਮਿਰਚ ਜੀ, ਹਰੀ ਮਿਰਚ ਵੀ ਆਪਾਂ ਬਰੀਕ ਬਰੀਕ ਕੱਟ ਕੇ ਪਾਵਾਂਗੇ ਇਹਦੇ ਵਿੱਚ। ਇਹਦੇ ਵਿੱਚ ਹਰੀਆਂ ਮਿਰਚਾਂ ਪਾਤੀਆਂ, ਅਤੇ ਹੁਣ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਧਨੀਆ। ਧਨੀਆ ਆਪਾਂ ਥੋੜ੍ਹਾ ਜਿਹਾ ਨਾ ਅੱਧ ਕੁੱਟਿਆ ਜਿਹਾ ਕਰ ਲਿਆ। ਇੱਕ ਪਾਵਾਂਗੇ ਜੀਰਾ, ਥੋੜ੍ਹੀ ਜਿਹੀ ਪਾਵਾਂਗੇ ਆਪਾਂ ਇਹਦੇ ਵਿੱਚ ਚਿੱਲੀ ਫਲੈਕਸ, ਕਰਾਰੇ ਜਿਹੇ ਬਣਾਵਾਂਗੇ ਪਕੌੜੇ। ਇੱਕ ਪਾਵਾਂਗੇ ਜੀ ਆਪਾਂ ਇਹਦੇ ਵਿੱਚ ਨਮਕ, ਥੋੜ੍ਹੀ ਜਿਹੀ ਪਾਵਾਂਗੇ ਲਾਲ ਮਿਰਚ। ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਬੇਸਣ, ਲਓ ਜੀ ਆਪਾਂ 1 ਕੌਲੀ ਪਾਤੀ ਇਹਦੇ ਵਿੱਚ ਬੇਸਣ ਦੀ। ਇਹਨਾਂ ਨੂੰ ਹਿਲਾਵਾਂਗੇ, ਥੋੜ੍ਹਾ ਥੋੜ੍ਹਾ ਪਾਣੀ ਪਾ ਕੇ ਆਪਾਂ ਇੱਕ ਸਾਰਾ ਮਿਸ਼ਨ ਇਕੱਠਾ ਕਰ ਦਾਂਗੇ। ਲਓ ਜੀ ਸਾਰਾ ਆਪਣਾ ਇਹ ਬੈਟਰ ਹੈਗਾ ਜੀ ਤਿਆਰ ਹੋ ਗਿਆ। ਲਓ ਜੀ ਹੁਣ ਆਪਾਂ ਇੱਧਰ ਤੇਲ ਵੀ ਆਪਣਾ ਗਰਮ ਹੈ। ਲਓ ਜੀ ਤੇਲ ਆਪਣਾ ਗਰਮ ਹੈ, ਹੁਣ ਆਪਾਂ ਬਣਾ ਰਹੇ ਹਾਂ ਜੀ ਪਾਲਕ ਮੇਥੀ ਵਾਲੇ ਪਕੌੜੇ। ਚਲੋ ਜੀ ਬੱਚਿਆਂ ਨੂੰ ਰਜਾਈਆਂ ਦੇ ਵਿੱਚ ਬੈਠੇ ਬੈਠੇ ਨੂੰ ਖਾਣ ਨੂੰ ਮਿਲ ਜਾਣ ਪਕੌੜੇ, ਅਤੇ ਨਾਲੇ ਮਿਲ ਜੇ ਗਰਮਾ ਗਰਮ ਚਾਹ। ਬਸ ਜੀ ਬਸ,
ਲਓ ਜੀ, ਗਰਮਾ ਗਰਮ ਪਕੌੜੇ ਆਪਣੇ ਹੈਗੇ ਨੇ ਤਿਆਰ। ਦੇਖੋ ਤੁਸੀਂ ਕਿੰਨੇ ਵਧੀਆ ਇਹ ਫਰਾਈ ਹੋਏ ਨੇ। ਇਸ ਤਰ੍ਹਾਂ ਹੀ ਆਪਾਂ ਸਾਰੇ ਪਕੌੜੇ ਆਪਾਂ ਕੱਢ ਲਾਂਗੇ। ਲਓ ਜੀ, ਆਪਣੇ ਗਰਮਾ ਗਰਮ ਪਾਲਕ ਮੇਥੀ ਵਾਲੇ ਅਤੇ ਆਲੂ ਵਾਲੇ ਪਕੌੜੇ ਹੈਗੇ ਨੇ ਜੀ ਤਿਆਰ। ਨਾਲ ਆਪਾਂ ਪੀਵਾਂਗੇ ਜੀ ਚਾਹ। ਤੁਸੀਂ ਵੀ ਬਣਾ ਕੇ ਖਾਓ, ਅਤੇ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ, ਸਾਡੀ ਵੀਡੀਓ ਨੂੰ ਸ਼ੇਅਰ ਕਰੋ, ਲਾਈਕ ਕਰੋ, ਸਬਸਕ੍ਰਾਈਬ ਕਰੋ। ਥੈਂਕ ਯੂ।